ਸੰਗਰੂਰ ਦੇ ਲਹਿਰਾਗਾਗਾ ਵਿੱਚ ਸਿਹਤ ਵਿਭਾਗ ਨੂੰ ਵੱਡੀ ਸਫਲਤਾ ਮਿਲੀ ਹੈ। ਦਰਅਸਲ ਸਿੰਥੈਟਿਕ ਦੁੱਧ ਬਣਾ ਕੇ ਵੇਚਣ ਵਾਲੇ ਦਾ ਪਰਦਾਫਾਸ਼ ਹੋਇਆ। ਦਰਅਸਲ ਵਿਭਾਗ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇੱਕ ਸ਼ਖਸ ਨਕਲੀ ਦੁੱਧ ਬਣਾ ਕੇ ਵੇਚਦਾ ਹੈ। ਜਦੋਂ ਟੀਮ ਚੈਕਿੰਗ ਕਰਨ ਲਈ ਪਹੁੰਚੀ ਤਾਂ ਮੁਲਜ਼ਮ ਦੁੱਧ ਵੇਚਣ ਲਈ ਜਾ ਚੁੱਕਾ ਸੀ। ਅਧਿਕਾਰੀਆਂ ਨੇ ਮੁਲਜ਼ਮ ਨੂੰ ਫੋਨ ਕਰਕੇ ਵਾਪਸ ਆਉਣ ਲਈ ਕਿਹਾ, ਪਰ ਮੁਲਜ਼ਮ ਆਨਾਕਾਨੀ ਕਰਨ ਲੱਗਿਆ ਤੇ ਵਾਪਸ ਨਹੀਂ ਆਇਆ। ਉਸ ਤੋਂ ਬਾਅਦ ਟੀਮ ਦੇ ਵੱਲੋਂ ਗੋਦਾਮ ਨੂੰ ਸੀਲ ਕਰ ਦਿੱਤਾ ਗਿਆ। ਇਹਨਾਂ ਨੇ ਪੁਲਿਸ ਨੇ ਦਰਵਾਜ਼ੇ ਦੇ ਨੀਚੇ ਤੋਂ ਗੋਦਾਮ ਦੀ ਵੀਡੀਓਗ੍ਰਾਫੀ ਵੀ ਕੀਤੀ। ਨਕਲੀ ਦੁੱਧ ਬਣਾਉਣ ਵਾਲਾ ਸਮਾਨ ਵੀ ਟੀਮ ਨੂੰ ਨਜ਼ਰ ਆਇਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜੇ ਤੱਕ ਕੋਈ ਸੈਂਪਲ ਕਲੈਕਟ ਨਹੀਂ ਕੀਤਾ ਗਿਆ। ਜਦੋਂ ਮਾਲਕ ਆਵੇਗਾ ਉਸ ਦੇ ਸਾਹਮਣੇ ਹੀ ਗੋਦਾਮ ਖੋਲ੍ਹ ਕੇ ਤੇ ਫਿਰ ਸੈਂਪਲ ਲਿਆ ਜਾਵੇਗਾ ਤੇ ਜਾਂਚ ਲਈ ਭੇਜਿਆ ਜਾਵੇਗਾ। ਅੱਜ ਸਾਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਲਹਿਰਾ ਗਾਗਾ ਦੇ ਕੋਲ ਪਿੰਡ ਕੋਟਾ ਡੇਲ ਹੈ ਜਿੱਥੇ ਕਿ ਕੋਈ ਬੰਦਾ ਦੁੱਧ ਤਿਆਰ ਕਰਕੇ ਲਹਿਰਾ ਗਾਗਾ ਵਿਖੇ ਰੋਜ਼ ਸਪਲਾਈ ਕਰਦਾ ਹੈ ਟੈਂਕਰਾਂ ਵਿੱਚ ਭਰ ਭਰ ਕੇ। ਅਤੇ ਅੱਜ ਤਕਰੀਬਨ ਸਵੇਰੇ 6:30 ਵਜੇ ਜਦੋਂ ਅਸੀਂ ਇੱਥੇ ਆਏ, ਕੁਛ ਚਿਰ ਪਹਿਲਾਂ ਉਹ ਲੈ ਚਲਾ ਗਿਆ ਸੀ ਅਤੇ ਅਸੀਂ ਉਹਨੂੰ ਵਾਰ ਵਾਰ ਫੋਨ ਵੀ ਕੀਤਾ ਅਤੇ ਉਹਨੇ ਆਉਣ ਤੋਂ ਆਨਾਕਾਨੀ ਕੀਤੀ ਅਤੇ ਹੁਣ ਉਹਨੇ ਜਵਾਬ ਦਿੱਤਾ ਮੈਂ ਨਹੀਂ ਆਉਂਦਾ, ਇਸ ਕਰਕੇ ਅਸੀਂ ਉਹਨੂੰ ਸੀਲ ਕਰਕੇ ਜਾ ਰਹੇ ਹਾਂ। ਸਰ, ਉਹਨਾਂ ਦੇ ਕਿੰਨੇ ਗੇਟ ਹੈਗੇ ਜਿਹੜੇ ਸੀਲ ਕੀਤੇ ਗਏ ਨੇ ਅਤੇ ਸਮਾਨ ਕੀ ਕੁਛ ਨਜ਼ਰ ਆਇਆ ਤੁਹਾਨੂੰ ਇਹਦੇ ਵਿੱਚ? ਜਿੱਥੇ ਇਹ ਸਾਰਾ ਆਪਣਾ ਇਹ ਪ੍ਰੋਸੀਜਰ ਕਰਦਾ ਸੀ ਉਹਦੇ 2 ਗੇਟ ਨੇ। ਉਹਦੇ ਵਿੱਚ ਤਕਰੀਬਨ ਰਿਫਾਈਨਡ ਆਇਲ ਅਤੇ ਸਕਿਮਡ ਮਿਲਕ ਜਿਹਨੂੰ ਸੁੱਕਾ ਦੁੱਧ ਕਹਿੰਦੇ ਆ ਅਤੇ ਗੈਸ ਸਿਲੰਡਰ ਅਤੇ ਦੁੱਧ ਦੀਆਂ ਕੇਨੀਆਂ, ਉਹ ਸਾਰੀਆਂ ਤਕਰੀਬਨ ਅਸੀਂ ਅੰਤ ਗੇਟ ਦੇ ਨੀਚੋਂ ਦੇਖਿਆ ਤਾਂ ਉਹ ਸਾਰਾ ਉੱਥੇ ਪਿਆ ਤਾਂ ਅਸੀਂ ਉਹਨੂੰ ਸੀਲ ਕਰ ਦਿੱਤੇ ਨੇ। ਅਤੇ ਉਸ ਤੋਂ ਬਾਅਦ ਜਦੋਂ ਸਾਡੇ ਕੋਲ ਆਏਗਾ ਅਸੀਂ ਉਹਦੀ ਪ੍ਰੈਜੈਂਸ ਦੇ ਵਿੱਚ ਇਹਨਾਂ ਨੂੰ ਖੋਲ੍ਹਾਂਗੇ ਅਤੇ ਸੈਂਪਲਿੰਗ ਇਹਦੀ ਫਿਰ ਦੁਬਾਰਾ ਸੈਂਪਲ ਨਹੀਂ, ਉਹ ਸਾਨੂੰ ਨੰਬਰ ਆ ਜਾਏਗਾ, ਅਸੀਂ ਇਹ ਉੱਪਰ ਮੈਸੇਜ ਕਨਵੇ ਕਰ ਦਿੱਤਾ ਅਤੇ ਜਦੋਂ ਆਇਆ ਤਾਂ ਅਸੀਂ ਉਹ ਜਿਹੜੇ ਗੱਡੀ ਹੈ ਉਹਨੂੰ ਵੀ ਉਹਦੇ 'ਤੇ ਵੀ ਕਾਰਵਾਈ ਜਿਹੜੀ ਹੋਊਗੀ ਆਰ ਟੀ ਓ ਸਾਹਿਬ ਨਾਲ ਗੱਲ ਕਰਕੇ ਕਰਾਂਗੇ। ਹਾਂ, ਉਹ ਅਸੀਂ ਹੁਣ ਲਹਿਰਾ ਗਾਗਾ ਜਾਂਦੇ ਹਾਂ, ਉੱਥੇ ਅਸੀਂ ਪਤਾ ਕਰਾਂਗੇ ਵੀ ਇਹਦੀ ਸਪਲਾਈ ਕਿੱਥੇ ਕਰ। ਸੰਗਰੂਰ ਦੇ ਲਹਿਰਾ ਗਾਗਾ ਵਿੱਚ ਸਿਹਤ ਵਿਭਾਗ ਨੂੰ ਵੱਡੀ ਸਫਲਤਾ ਮਿਲੀ ਹੈ। ਦਰਅਸਲ ਸਿੰਥੈਟਿਕ ਦੁੱਧ ਬਣਾ ਕੇ ਵੇਚਣ ਵਾਲੇ ਦਾ ਪਰਦਾਫਾਸ਼ ਹੋਇਆ। ਦਰਅਸਲ ਵਿਭਾਗ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇੱਕ ਸ਼ਖਸ ਨਕਲੀ ਦੁੱਧ ਬਣਾ ਕੇ ਵੇਚਦਾ ਹੈ। ਜਦੋਂ ਟੀਮ ਚੈਕਿੰਗ ਕਰਨ ਲਈ ਪਹੁੰਚੀ ਤਾਂ ਮੁਲਜ਼ਮ ਦੁੱਧ ਵੇਚਣ ਲਈ ਜਾ ਚੁੱਕਾ ਸੀ। ਅਧਿਕਾਰੀਆਂ ਨੇ ਮੁਲਜ਼ਮ ਨੂੰ ਫੋਨ ਕਰਕੇ ਵਾਪਸ ਆਉਣ ਲਈ ਕਿਹਾ, ਪਰ ਮੁਲਜ਼ਮ ਆਨਾਕਾਨੀ ਕਰਨ ਲੱਗਿਆ ਤੇ ਵਾਪਸ ਨਹੀਂ ਆਇਆ। ਉਸ ਤੋਂ ਬਾਅਦ ਟੀਮ ਦੇ ਵੱਲੋਂ ਗੋਦਾਮ ਨੂੰ ਸੀਲ ਕਰ ਦਿੱਤਾ ਗਿਆ। ਇਹਨਾਂ ਨੇ ਪੁਲਿਸ ਨੇ ਦਰਵਾਜ਼ੇ ਦੇ ਨੀਚੇ ਤੋਂ ਗੋਦਾਮ ਦੀ ਵੀਡੀਓਗ੍ਰਾਫੀ ਵੀ ਕੀਤੀ। ਨਕਲੀ ਦੁੱਧ ਬਣਾਉਣ ਵਾਲਾ ਸਮਾਨ ਵੀ ਟੀਮ ਨੂੰ ਨਜ਼ਰ ਆਇਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜੇ ਤੱਕ ਕੋਈ ਸੈਂਪਲ ਕਲੈਕਟ ਨਹੀਂ ਕੀਤਾ ਗਿਆ। ਜਦੋਂ ਮਾਲਕ ਆਵੇਗਾ ਉਸ ਦੇ ਸਾਹਮਣੇ ਹੀ ਗੋਦਾਮ ਖੋਲ੍ਹ ਕੇ ਤੇ ਫਿਰ ਸੈਂਪਲ ਲਿਆ ਜਾਵੇਗਾ ਤੇ ਜਾਂਚ ਲਈ ਭੇਜਿਆ ਜਾਵੇਗਾ। ਅੱਜ ਸਾਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਲਹਿਰਾ ਗਾਗਾ ਦੇ ਕੋਲ ਪਿੰਡ ਕੋਟਾ ਡੇਲ ਹੈ ਜਿੱਥੇ ਕਿ ਕੋਈ ਬੰਦਾ ਦੁੱਧ ਤਿਆਰ ਕਰਕੇ ਲਹਿਰਾ ਗਾਗਾ ਵਿਖੇ ਰੋਜ਼ ਸਪਲਾਈ ਕਰਦਾ ਟੈਂਕਰਾਂ ਵਿੱਚ ਭਰ ਭਰ ਕੇ। ਅਤੇ ਅੱਜ ਤਕਰੀਬਨ ਸਵੇਰੇ 6:30 ਵਜੇ ਜਦੋਂ ਅਸੀਂ ਇੱਥੇ ਆਏ, ਕੁਛ ਚਿਰ ਪਹਿਲਾਂ ਉਹ ਲੈ ਚਲਾ ਗਿਆ ਸੀ ਅਤੇ ਅਸੀਂ ਉਹਨੂੰ ਵਾਰ ਵਾਰ ਫੋਨ ਵੀ ਕੀਤਾ ਅਤੇ ਉਹਨੇ ਆਉਣ ਤੋਂ ਆਨਾਕਾਨੀ ਕੀਤੀ ਅਤੇ ਹੁਣ ਉਹਨੇ ਜਵਾਬ ਦਿੱਤਾ ਮੈਂ ਨਹੀਂ ਆਉਂਦਾ, ਇਸ ਕਰਕੇ ਅਸੀਂ ਉਹਨੂੰ ਸੀਲ ਕਰਕੇ ਜਾ ਰਹੇ ਹਾਂ। ਸਰ, ਉਹਨਾਂ ਦੇ ਕਿੰਨੇ ਗੇਟ ਹੈਗੇ ਜਿਹੜੇ ਸੀਲ ਕੀਤੇ ਗਏ ਨੇ ਅਤੇ ਸਮਾਨ ਕੀ ਕੁਛ ਨਜ਼ਰ ਆਇਆ ਤੁਹਾਨੂੰ ਇਹਦੇ ਵਿੱਚ? ਜਿੱਥੇ ਇਹ ਸਾਰਾ ਆਪਣਾ ਇਹ ਪ੍ਰੋਸੀਜਰ ਕਰਦਾ ਸੀ ਉਹਦੇ 2 ਗੇਟ ਨੇ। ਉਹਦੇ ਵਿੱਚ ਤਕਰੀਬਨ ਰਿਫਾਈਨਡ ਆਇਲ ਅਤੇ ਸਕਿਮਡ ਮਿਲਕ ਜਿਹਨੂੰ ਸੁੱਕਾ ਦੁੱਧ ਕਹਿੰਦੇ ਆ ਅਤੇ ਗੈਸ ਸਿਲੰਡਰ ਅਤੇ ਦੁੱਧ ਦੀਆਂ ਕੇਨੀਆਂ, ਉਹ ਸਾਰੀਆਂ ਤਕਰੀਬਨ ਅਸੀਂ ਅੰਤ ਗੇਟ ਦੇ ਨੀਚੋਂ ਦੇਖਿਆ ਤਾਂ ਉਹ ਸਾਰਾ ਉੱਥੇ ਪਿਆ ਤਾਂ ਅਸੀਂ ਉਹਨੂੰ ਸੀਲ ਕਰ ਦਿੱਤੇ ਨੇ। ਅਤੇ ਉਸ ਤੋਂ ਬਾਅਦ ਜਦੋਂ ਸਾਡੇ ਕੋਲ ਆਏਗਾ ਅਸੀਂ ਉਹਦੀ ਪ੍ਰੈਜੈਂਸ ਦੇ ਵਿੱਚ ਇਹਨਾਂ ਨੂੰ ਖੋਲ੍ਹਾਂਗੇ ਅਤੇ ਸੈਂਪਲਿੰਗ ਇਹਦੀ ਫਿਰ ਦੁਬਾਰਾ ਸੈਂਪਲ ਨਹੀਂ, ਉਹ ਸਾਨੂੰ ਨੰਬਰ ਆ ਜਾਏਗਾ, ਅਸੀਂ ਇਹ ਉੱਪਰ ਮੈਸੇਜ ਕਨਵੇ ਕਰ ਦਿੱਤਾ ਅਤੇ ਜਦੋਂ ਆਇਆ ਤਾਂ ਅਸੀਂ ਉਹ ਜਿਹੜੇ ਗੱਡੀ ਹੈ ਉਹਨੂੰ ਵੀ ਉਹਦੇ 'ਤੇ ਵੀ ਕਾਰਵਾਈ ਜਿਹੜੀ ਹੋਊਗੀ ਆਰ ਟੀ ਓ ਸਾਹਿਬ ਨਾਲ ਗੱਲ ਕਰਕੇ ਕਰਾਂਗੇ। ਹਾਂ, ਉਹ ਅਸੀਂ ਹੁਣ ਲਹਿਰਾ ਗਾਗਾ ਜਾਂਦੇ ਹਾਂ, ਉੱਥੇ ਅਸੀਂ ਪਤਾ ਕਰਾਂਗੇ ਵੀ ਇਹਦੀ ਸਪਲਾਈ ਕਿੱਥੇ ਕਰ। ਸੰਗਰੂਰ ਦੇ ਲਹਿਰਾ ਗਾਗਾ ਵਿੱਚ ਸਿਹਤ ਵਿਭਾਗ ਨੂੰ ਵੱਡੀ ਸਫਲਤਾ ਮਿਲੀ ਹੈ। ਦਰਅਸਲ ਸਿੰਥੈਟਿਕ ਦੁੱਧ ਬਣਾ ਕੇ ਵੇਚਣ ਵਾਲੇ ਦਾ ਪਰਦਾਫਾਸ਼ ਹੋਇਆ।
ਦਰਅਸਲ ਵਿਭਾਗ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇੱਕ ਸ਼ਖਸ ਨਕਲੀ ਦੁੱਧ ਬਣਾ ਕੇ ਵੇਚਦਾ ਹੈ। ਜਦੋਂ ਟੀਮ ਚੈਕਿੰਗ ਕਰਨ ਲਈ ਪਹੁੰਚੀ ਤਾਂ ਮੁਲਜ਼ਮ ਦੁੱਧ ਵੇਚਣ ਲਈ ਜਾ ਚੁੱਕਾ ਸੀ। ਅਧਿਕਾਰੀਆਂ ਨੇ ਮੁਲਜ਼ਮ ਨੂੰ ਫੋਨ ਕਰਕੇ ਵਾਪਸ ਆਉਣ ਲਈ ਕਿਹਾ, ਪਰ ਮੁਲਜ਼ਮ ਆਨਾਕਾਨੀ ਕਰਨ ਲੱਗਿਆ ਤੇ ਵਾਪਸ ਨਹੀਂ ਆਇਆ। ਉਸ ਤੋਂ ਬਾਅਦ ਟੀਮ ਦੇ ਵੱਲੋਂ ਗੋਦਾਮ ਨੂੰ ਸੀਲ ਕਰ ਦਿੱਤਾ ਗਿਆ। ਇਹਨਾਂ ਨੇ ਪੁਲਿਸ ਨੇ ਦਰਵਾਜ਼ੇ ਦੇ ਨੀਚੇ ਤੋਂ ਗੋਦਾਮ ਦੀ ਵੀਡੀਓਗ੍ਰਾਫੀ ਵੀ ਕੀਤੀ। ਨਕਲੀ ਦੁੱਧ ਬਣਾਉਣ ਵਾਲਾ ਸਮਾਨ ਵੀ ਟੀਮ ਨੂੰ ਨਜ਼ਰ ਆਇਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜੇ ਤੱਕ ਕੋਈ ਸੈਂਪਲ ਕਲੈਕਟ ਨਹੀਂ ਕੀਤਾ ਗਿਆ। ਜਦੋਂ ਮਾਲਕ ਆਵੇਗਾ ਉਸਦੇ ਸਾਹਮਣੇ ਹੀ ਗੋਦਾਮ ਖੋਲ੍ਹ ਕੇ ਅਤੇ ਫਿਰ ਸੈਂਪਲ ਲਿਆ ਜਾਵੇਗਾ ਅਤੇ ਜਾਂਚ ਲਈ ਭੇਜਿਆ ਜਾਵੇਗਾ। ਅੱਜ ਸਾਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਲਹਿਰਾ ਗਾਗਾ ਦੇ ਕੋਲ ਪਿੰਡ ਕੋਟਲ ਡੇਲ ਹੈ, ਜਿੱਥੇ ਕਿ ਕੋਈ ਬੰਦਾ ਦੁੱਧ ਤਿਆਰ ਕਰਕੇ ਲਹਿਰਾ ਗਾਗਾ ਵਿਖੇ ਰੋਜ਼ ਸਪਲਾਈ ਕਰਦਾ ਟੈਂਕਰਾਂ ਵਿੱਚ ਭਰ ਭਰ ਕੇ। ਅਤੇ ਅੱਜ ਤਕਰੀਬਨ ਸਵੇਰੇ 6:30 ਵਜੇ ਜਦੋਂ ਅਸੀਂ ਇੱਥੇ ਆਏ, ਕੁਛ ਚਿਰ ਪਹਿਲਾਂ ਉਹ ਲੈ ਚਲਾ ਗਿਆ ਸੀ ਅਤੇ ਅਸੀਂ ਉਹਨੂੰ ਵਾਰ ਵਾਰ ਫੋਨ ਵੀ ਕੀਤਾ ਅਤੇ ਉਹਨੇ ਆਉਣ ਤੋਂ ਆਨਾਕਾਨੀ ਕੀਤੀ ਅਤੇ ਹੁਣ ਉਹਨੇ ਜਵਾਬ ਦਿੱਤਾ ਮੈਂ ਨਹੀਂ ਆਉਂਦਾ, ਇਸ ਕਰਕੇ ਅਸੀਂ ਉਹਨੂੰ ਸੀਲ ਕਰਕੇ ਜਾ ਰਹੇ ਹਾਂ। ਸਰ, ਉਹਨਾਂ ਦੇ ਕਿੰਨੇ ਗੇਟ ਹੈਗੇ ਜਿਹੜੇ ਸੀਲ ਕੀਤੇ ਗਏ ਨੇ ਅਤੇ ਸਮਾਨ ਕੀ ਕੁਛ ਨਜ਼ਰ ਆਇਆ ਤੁਹਾਨੂੰ ਇਹਦੇ ਵਿੱਚ? ਜਿੱਥੇ ਇਹ ਸਾਰਾ ਆਪਣਾ ਇਹ ਪ੍ਰੋਸੀਜਰ ਕਰਦਾ ਸੀ ਉਹਦੇ 2 ਗੇਟ ਨੇ। ਉਹਦੇ ਵਿੱਚ ਤਕਰੀਬਨ ਰਿਫਾਈਨਡ ਆਇਲ ਅਤੇ ਸਕਿਮਡ ਮਿਲਕ ਜਿਹਨੂੰ ਸੁੱਕਾ ਦੁੱਧ ਕਹਿੰਦੇ ਆ ਅਤੇ ਗੈਸ ਸਿਲੰਡਰ ਅਤੇ ਦੁੱਧ ਦੀਆਂ ਕੇਨੀਆਂ, ਉਹ ਸਾਰੀਆਂ ਤਕਰੀਬਨ ਅਸੀਂ ਅੰਤ ਗੇਟ ਦੇ ਨੀਚੋਂ ਦੇਖਿਆ ਤਾਂ ਉਹ ਸਾਰਾ ਉੱਥੇ ਪਿਆ ਤਾਂ ਅਸੀਂ ਉਹਨੂੰ ਸੀਲ ਕਰ ਦਿੱਤੇ ਨੇ। ਅਤੇ ਉਸ ਤੋਂ ਬਾਅਦ ਜਦੋਂ ਸਾਡੇ ਕੋਲ ਆਏਗਾ ਅਸੀਂ ਉਹਦੀ ਪ੍ਰੈਜੈਂਸ ਦੇ ਵਿੱਚ ਇਹਨਾਂ ਨੂੰ ਖੋਲ੍ਹਾਂਗੇ ਅਤੇ ਸੈਂਪਲਿੰਗ ਇਹਦੀ ਫਿਰ ਦੁਬਾਰਾ ਸੈਂਪਲਿੰਗ ਨਹੀਂ, ਉਹ ਸਾਨੂੰ ਨੰਬਰ ਆ ਜਾਏਗਾ, ਅਸੀਂ ਇਹ ਉੱਪਰ ਮੈਸੇਜ ਕਨਵੇ ਕਰ ਦਿੱਤਾ। ਅਤੇ ਜਦੋਂ ਆਇਆ ਤਾਂ ਅਸੀਂ ਉਹ ਜਿਹੜੇ ਗੱਡੀ ਹੈ ਉਹਨੂੰ ਵੀ ਉਹਦੇ 'ਤੇ ਵੀ ਕਾਰਵਾਈ ਜਿਹੜੀ ਹੋਊਗੀ ਆਰ ਟੀ ਓ ਸਾਹਿਬ ਨਾਲ ਗੱਲ ਕਰਕੇ ਕਰਾਂਗੇ। ਹਾਂ, ਉਹ ਅਸੀਂ ਹੁਣ ਲਹਿਰੇ ਗਾਗੇ ਜਾਂਦੇ ਹਾਂ, ਉੱਥੇ ਅਸੀਂ ਪਤਾ ਕਰਾਂਗੇ ਵੀ ਇਹ ਸਪਲਾਈ ਕਿੱਥੇ ਕਰ